ਸਾਰੇ ਦੇ ਦੇਸੀ ਚੈਨਲ ਤੇ ਮੈਂ ਤੁਹਾਡੀ ਹੋਸਟ ਦੋਸਤ ਗਾਇਨ ਮਹਾਜਨ ਤੁਹਾਡਾ ਸਵਾਗਤ ਕਰਦੀ ਹਾਂ ਤੇ ਵੈਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਲੈ ਕੇ ਹਾਜ਼ਰ ਹਾਂ ਜੀ ਫਿਲਮੀ ਰਿਵਿਊ ਤੇ ਇਸ ਹਫਤੇ ਹੋਈ ਹੈ ਜੀ ਫਿਲਮ ਰਿਲੀਜ਼ ਦੇ ਪਿਆਰ ਦੇ ਤੇ ਦੇ ਪਿਆਰ ਦੇ ਵਿੱਚ ਤੁਹਾਨੂੰ ਪਿਆਰ ਮੰਗਦੇ ਨਜ਼ਰ ਆਉਣਗੇ ਅਜੇ ਦੇਵਗਨ ਐਂਡ ਦ ਗੋਰਜੀਅਸ ਤੱਬੂ ਦੇ ਨਾਲ ਨਾਲ ਰਕੁਲ ਪ੍ਰੀਤ ਵੈਲ ਇਸ ਫਿਲਮ 'ਚ ਤੁਹਾਨੂੰ ਜਿਮੀ ਸ਼ੇਰਗਿੱਲ ਜਾਵੇਦ ਜਾਫਰੀ ਅਲੋਕਨਾਥ ਜੀ ਐਂਡ ਸੋ ਮੈਨੀ ਸਪੋਰਟਿੰਗ ਆਰਟਿਸਟ ਵੀ ਨਜ਼ਰ ਆਉਣਗੇ ਇਸ ਰੋਮ ਕੌਮ ਫਿਲਮ ਦੀ ਜਿਹੜੀ ਕਹਾਣੀ ਹੈਗੀ ਹੈ ਉਹ ਬਹੁਤ ਨਾ ਡਿਫਰੈਂਟ ਹੈਗੀ ਹੈ ਇਸ ਫਿਲਮ ਦੇ ਵਿੱਚ ਇੱਕ 50 ਸਾਲ ਦੇ ਮੁੰਡੇ ਆਸ਼ੀਸ਼ ਯਾਨੀ ਕਿ ਅਜੇ ਦੇਵਗਨ ਨੂੰ ਪਿਆਰ ਹੋ ਜਾਏਗਾ ਜੀ 24 ਸਾਲ ਦੀ ਆਇਸ਼ਾ ਯਾਨੀ ਕਿ ਰਕੁਲਪ੍ਰੀਤ ਨਾਲ ਵੈਲ ਅਤੇ ਅਜੇ ਦੀ ਜਿਹੜੀ ਐਕਸ ਵਾਈਫ ਹੈਗੀ ਉਹ ਇਸ ਫਿਲਮ 'ਚ ਹੈਗੇ ਨੇ ਤੱਬੂ ਅਤੇ ਉਹਨਾਂ ਦੀ ਫੈਮਲੀ ਹੈ ਵੈਲ ਖਾਸ ਗੱਲ ਇਸ ਫਿਲਮ 'ਚ ਤੁਹਾਨੂੰ ਮੈਂ ਦੱਸਦਾ ਹੈਗੀ ਹੈ ਕਿ ਜਿਹੜੀ ਅਜੇ ਦੇਵਗਨ ਦੀ ਗਰਲਫ੍ਰੈਂਡ ਯਾਨੀ ਕਿ ਰਕੁਲ ਦਿਖਾਈ ਗਈ ਹੈ ਉਹਨਾਂ ਦੀ ਏਜ ਅਤੇ ਅਜੇ ਦੇਵਗਨ ਦੀ ਜਿਹੜੀ ਫਸਟ ਵਾਈਫ ਤੋਂ ਬੱਚੇ ਹੈਗੇ ਆ ਦੋਵਾਂ ਦੀ ਏਜ ਜਿਹੜੀ ਹੈਗੀ ਹੈ ਬਰਾਬਰ ਹੈ ਵੈਲ ਹੁਣ ਇਹ ਦੇਖਣਾ ਨਾ ਬਹੁਤ ਜ਼ਿਆਦਾ ਨਾ ਇੰਟਰਸਟਿੰਗ ਹੋਊਗਾ ਕਿ ਇੱਕ ਬਜ਼ੁਰਗ ਇਨਸਾਨ ਨੂੰ ਆਪਣੇ ਬੱਚਿਆਂ ਦੀ ਉਮਰ ਦੇ ਕੁੜੀ ਨਾਲ ਹੋ ਜਾਂਦਾ ਹੈ ਪਿਆਰ ਅਤੇ ਇਹ ਕਹਾਣੀ ਦਰਸ਼ਕ ਕਿੱਦਾਂ ਅਸੈਪਟ ਕਰਦੇ ਨੇ ਇਹ ਤਾਂ ਹੁਣ ਵਿਊਅਰਸ ਦੱਸਣਗੇ ਵੈਲ ਜਾਣਦੇ ਹਾਂ ਕਿ ਵਿਊਅਰਸ ਨੂੰ ਫਿਲਮ ਕਿੱਦਾਂ ਦੀ ਲੱਗੀ ਹੈ ਮੂਵੀ ਵਾਸ ਫੈਬ ਫਿਲਮ ਬਹੁਤ ਵਧੀਆ ਸੀਗੀ ਵਧੀਆ ਸੀ ਬਹੁਤ ਵਧੀਆ ਵਧੀਆ ਲੱਗੀ ਮੂਵੀ ਬਹੁਤ ਵਧੀਆ ਸੀ ਫੈਬ ਬਹੁਤ ਵਧੀਆ ਵੈਲ ਵਿਊਅਰਸ ਨੇ ਤੁਹਾਨੂੰ ਦੱਸਤਾ ਕਿ ਉਹਨਾਂ ਨੂੰ ਫਿਲਮ ਕਿੱਦਾਂ ਦੀ ਲੱਗੀ ਹੈ ਅਤੇ ਅਸੀਂ ਅਕਸਰ ਕਹਿੰਦੇ ਹਾਂ ਨਾ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਸ ਫਿਲਮ ਨੇ ਨਾ ਉਹ ਸਾਬਿਤ ਵੀ ਕਰਕੇ ਦਿਖਾਇਆ ਹੈ ਕਿ ਭਾਵੇਂ ਉਮਰ ਹੋਵੇ ਕੋਈ ਵੀ ਪਿਆਰ ਹੋ ਹੀ ਸਕਦਾ ਹੈ ਜੀ ਹਾਂ ਅਤੇ ਵੈਲ ਇਹ ਨਾ ਫਿਲਮ ਦੇਖ ਕੇ ਪਤਾ ਲੱਗੂਗਾ ਕਿ ਵਿਊਅਰਸ ਇਸ ਫਿਲਮ ਨੂੰ ਕਿਵੇਂ ਅਸੈਪਟ ਕਰ ਰਹੇ ਨੇ ਪੋਜ਼ਿਟਿਵ ਲੈ ਰਹੇ ਨੇ ਨੈਗੇਟਿਵ ਲੈ ਰਹੇ ਨੇ ਅਤੇ ਹੁਣ ਇਹਦੀ ਕਹਾਣੀ ਜਿਹੜੀ ਹੈਗੀ ਹੈ ਵੱਖਰੀ ਜਿਹੀ ਕਹਾਣੀ ਅਸੀਂ ਕਹਿ ਸਕਦੇ ਹਾਂ ਇਹ ਲਿਖੀ ਹੈਗੀ ਹੈ ਜੀ ਤਰੁਣ ਅਤੇ ਲਵ ਨੇ ਅਤੇ ਹੁਣ ਤੁਸੀਂ ਵੀਕਐਂਡ ਇੰਜੋਏ ਕਰਨਾ ਹੈ ਅਤੇ ਤੁਹਾਡੇ ਕੋਲ ਫਿਲਮ ਹੈਗੀ ਹੈ ਦੇ ਪਿਆਰ ਦੇ ਅਤੇ ਅਜੇ ਤਾਂ ਤੁਹਾਨੂੰ ਕਹਿ ਹੀ ਰਹੇ ਦੇ ਪਿਆਰ ਦੇ ਅਤੇ ਫਿਰ ਜਾ ਕੇ ਤੁਸੀਂ ਉਹਨਾਂ ਨੂੰ ਦੇ ਹੀ ਦਿਓ ਪਿਆਰ ਅਤੇ ਅੱਜ ਲਈ ਇੰਨਾ ਹੀ ਜਲਦੀ ਹਾਜ਼ਰ ਹੋਵਾਂਗੇ ਫਿਰ ਤੋਂ ਰਿਵਿਊ ਦੇ ਨਾਲ ਅਤੇ ਹੁਣ ਮੈਨੂੰ ਯਾਨੀ ਕਿ ਗਾਇਨ ਮਹਾਜਨ ਨੂੰ ਦਿਓ ਇਜਾਜ਼ਤ ਅਤੇ ਤੁਸੀਂ ਦੇਖਦੇ ਰਹੋ ਜੀ ਦੇਸੀ ਚੈਨਲ